ਬਾਹਰੀ ਟੈਕ ਹੋ ਗਿਆ, ਅੱਜ 27 ਜਿਹੜੀ ਲਾਸ਼ ਆਈ। ਚੌਵੀ ਘੰਟੇ ਫੋਨ ਕਰਦਾ ਸੀ, ਹੁਣ ਤੇ ਫੋਨ ਨਹੀਂ, ਰਾਤ ਆਇਆ ਸੁੱਤਾ ਹੀ ਸੌ ਗਿਆ। ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ। ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਆ ਦੇ ਨਾਲ ਲੱਗਦੇ ਪਿੰਡ ਸੁੰਡੀਆਂ ਦੇ ਨੌਜਵਾਨ ਵਰਿੰਦਰ, ਜਿਸ ਦੀ 27 ਦਿਨ ਪਹਿਲਾਂ ਸਾਊਦੀ ਅਰਬ ਵਿੱਚ ਮੌਤ ਹੋ ਗਈ ਸੀ। ਵਰਿੰਦਰ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਪਹੁੰਚਣ 'ਤੇ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਵਰਿੰਦਰ ਦੀ ਮੈਡੀਕਲ ਰਿਪੋਰਟ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਨੌਜਵਾਨ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ। ਰਾਤ ਨੂੰ ਫੋਨ ਆਇਆ ਸਾਨੂੰ, ਰਾਤ ਮੁੜ ਕੇ ਇੱਕ ਵਾਰੀ ਫੋਨ ਆਇਆ, ਮੁੜ ਕੇ ਆਇਆ ਨਹੀਂ ਫੋਨ। ਫੋਨ 'ਤੇ ਮੁੜ ਕੇ ਦੇ ਬਾਰੇ ਸਾਨੂੰ ਟਰੇਲ ਲੱਗਾ ਪਤਾ, ਉਹਨਾਂ ਕਿਹਾ ਵੀ ਸਾਨੂੰ ਅਟੈਕ ਹੋ ਗਿਆ, ਮੁੰਡੇ ਅਟੈਕ ਹੋ ਗਿਆ। ਅਟੈਕ ਹੁੰਦੇ ਸਾਰੇ ਉਹਨਾਂ ਨੇ ਸਾਨੂੰ ਫੋਨ ਕਰਤਾ, ਇੱਥੇ ਫੋਨ ਕਰਕੇ ਮੁੜ ਕੇ ਬਸ ਫਿਰ ਅੱਜ ਆਈ ਡੈਡ ਬੋਡੀ। ਅਤੇ ਉਹਨਾਂ ਨੂੰ ਜਿਹੜੀਆਂ ਰਿਪੋਰਟਾਂ ਦਿੱਤੀਆਂ ਸਾਨੂੰ, ਰਿਪੋਰਟਾਂ ਉਹਦੇ ਸਹੀ ਨੇ ਬਿਲਕੁਲ, ਐਕ ਦੀਆਂ ਰਿਪੋਰਟਾਂ ਅਟੈਕ ਦੀਆਂ ਨੇ। ਜੀ ਤਾਂ ਭਾਅ ਜੀ, ਮੈਂ ਸਵੇਰੇ ਵਰਿੰਦਰ ਦੀ ਨਾਈਟ ਡਿਊਟੀ ਸੀ, ਤਾਂ ਮੇਰੀ ਸਵੇਰੇ ਡਿਊਟੀ ਸੀ। ਇਹ ਵੀ ਸਾਊਦੀ ਅਰਬ ਸੀਗਾ, ਇਕੱਠੇ ਕੰਮ ਕਰਦੇ ਪਏ ਸੀ, ਇੱਕ ਹੀ ਸਾਈਡ 'ਤੇ, ਇੱਕ ਹੀ ਸਾਡਾ ਯਾਨੀ ਕਿ ਡਿਪਾਰਟਮੈਂਟ ਸੀਗਾ, ਅਤੇ ਇਹ ਮੁੰਡਾ ਯਾਨੀ ਕਿ ਮੇਰੇ ਨਾਲ ਕੰਮ ਕਰਦਾ ਸੀ। ਇਹਦੀ ਨਾਈਟ ਡਿਊਟੀ ਸੀ, ਮੇਰੀ ਜਿੱਦ ਦੀ ਨਹੀਂ ਸੀਗੀ। ਜਿੱਦਾਂ ਮੈਂ ਆਪਣੀ ਡਿਊਟੀ ਖਤਮ ਕਰਕੇ ਸ਼ਾਮ ਨੂੰ 5 ਵਜੇ ਰੂਮ 'ਚ ਆਇਆ ਹਾਂ, ਤਾਂ ਮੈਨੂੰ ਮੇਰੇ ਫੋਰਮੈਨ ਦਾ ਫੋਨ ਆਇਆ। ਉਹ ਵੀ ਕਹਿੰਦਾ ਦੇਖੀ ਵਰਿੰਦਰ ਡਿਊਟੀ ਨਹੀਂ ਆਇਆ, ਇਹ ਡਰਾਈਵਰੀ ਕਰਦਾ ਸੀ ਜੀ ਉੱਧਰ, ਤਾਂ ਉਹ ਕਹਿੰਦੇ ਵੀ ਦੇਖੀ ਵਰਿੰਦਰ ਡਿਊਟੀ ਨਹੀਂ ਆਇਆ। ਤਾਂ ਮੈਂ ਜਿੱਦਾਂ ਗਿਆ ਉਹਨੂੰ ਵੇਖਣ, ਮੇਰਾ 4-5 ਰੂਮ ਛੱਡ ਕੇ ਰੂਮ ਸੀ ਇਹਦੇ ਨਾਲ, ਤਾਂ ਮੈਂ ਇਹਨੂੰ ਦੇਖਣ ਗਿਆ, ਦਰਵਾਜ਼ਾ ਖੜਕਾਇਆ ਤਾਂ ਮੁੰਡਾ ਸੁੱਤਾ ਪਿਆ ਸੀ ਨਾਲ, ਯੂਪੀ ਦਾ, ਯੂਪੀ ਸਾਈਡ ਦਾ ਮੁੰਡਾ। ਉਹਨੇ ਦਰਵਾਜ਼ਾ ਖੋਲ੍ਹਿਆ, ਸੁੱਤੇ ਪਿਆ ਉੱਠ ਕੇ। ਉਹ ਕਹਿੰਦਾ ਜੀ, ਮੈਂ ਕਿਹਾ ਡਿਊਟੀ ਨਹੀਂ ਗਿਆ। ਕਹਿੰਦਾ ਵੀ ਭਾਅ ਜੀ ਨੇ ਮੇਰੇ ਕੋਲ ਉਠਾਇਆ ਨਹੀਂ। ਉਹ ਇਕੱਠੇ ਸੀਗੇ ਡਿਊਟੀ, ਇੱਕੋ ਜਗ੍ਹਾ ਜਾਂਦੇ ਸੀ, ਤਾਂ ਉਹਨੂੰ ਉਠਾਉਂਦਾ ਹੁੰਦਾ ਸੀ। ਕਹਿੰਦਾ ਭਾਅ ਜੀ ਨੇ ਮੇਰੇ ਕੋਲ ਉਠਾਇਆ ਨਹੀਂ। ਤਾਂ ਜਦ ਮੈਂ ਵਰਿੰਦਰ ਕਰਦਾ, ਵਰਿੰਦਰ ਦੇ ਬੈੱਡ ਵੱਲ ਵੇਖਿਆ, ਤਾਂ ਵਰਿੰਦਰ ਬੈੱਡ 'ਤੇ ਪਿਆ ਸੀ ਇੱਥੇ। ਤਾਂ ਮੁੜ ਕੇ ਸ਼ੁਰਤੇ ਆਏ ਜੀ, ਆਪਣਾ ਡਾਕਟਰ ਆਏ ਆ, ਸ਼ੁਰਤੇ ਆਏ ਆ, ਸਕਿਉਰਟੀ ਵਾਲੇ ਆਏ, ਉਹਨੇ ਆਪਣਾ ਕਾਰਵਾਈ ਕੀਤੀ ਹੈ। ਹਾਂਜੀ, ਜਦੋਂ ਦੇਖਿਆ ਤਾਂ ਉਦੋਂ ਯਾਨੀ ਹੈ ਨਹੀਂ ਸੀ, ਡਾਕਟਰਾਂ ਨੇ ਆ ਕੇ ਚੈੱਕ ਕੀਤਾ, ਹੈ ਨਹੀਂ ਸੀ। ਠੀਕ ਹੈ, ਕੀ ਨਾਮ ਸੀ ਮੁੰਡੇ ਦਾ? ਨਾਮ ਵਰਿੰਦਰ ਸਿੰਘ। ਠੀਕ ਹੈ।